रिब फ्रैक्चर्स, यानी कि पसलियां का टूट जाना। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਡਾਕਟਰ ਨਵਦੀਪ ਸਿੰਘ ਨੰਦਾ, ਚੈਸਟ ਸਰਜਨ। ਅਮੂਮਨ ਕਿਹਾ ਜਾਂਦਾ ਹੈ ਕਿ ਚੈਸਟ ਟਰੋਮਾ ਦੇ ਵਿੱਚ ਖਾਲੀ ਛਾਤੀ ਦੇ ਵਿੱਚ ਇੱਕ ਟਿਊਬ ਪਾ ਦਿੱਤੀ ਜਾਵੇ ਤਾਂ ਕਿ ਜੋ ਫੇਫੜਾ ਫਟਿਆ ਹੈ ਜਾਂ ਬਲੀਡਿੰਗ ਹੋ ਰਹੀ ਹੈ ਉਸ ਦੇ ਨਾਲ ਸੈਟਲ ਹੋ ਜਾਂਦੀ। ਰਿਬ ਫ੍ਰੈਕਚਰਸ, ਯਾਨੀ ਕਿ ਪਸਲੀਆਂ ਦਾ ਟੁੱਟ ਜਾਣਾ। ਪਸਲੀਆਂ ਟੁੱਟ ਕੇ ਕਈ ਵਾਰ ਅੱਡ ਅੱਡ ਹੋ ਜਾਂਦੀਆਂ ਹੈਗੀਆਂ ਨੇ, ਉਹਦੇ ਵਿੱਚ ਘੁਸ ਜਾਂਦੀਆਂ ਹੈਗੀਆਂ ਨੇ, ਜਿਹਦੇ ਕਾਰਨ ਬਲੀਡਿੰਗ ਹੁੰਦੀ ਹੈ। ਜਿਵੇਂ ਕਿ ਜਦ ਮਰੀਜ਼ ਦੀ ਪਸਲੀਆਂ ਟੁੱਟੀਆਂ ਹੁੰਦੀਆਂ ਨੇ ਤਾਂ ਉਹ ਦਰਦ ਦੇ ਕਾਰਨ ਖਾਂਸੀ ਨਹੀਂ ਕਰਦਾ, ਜਿਹਦੇ ਕਾਰਨ ਫੇਫੜੇ ਦੇ ਵਿੱਚ ਬਲਗਮ ਜੰਮਣ ਲੱਗ ਪੈਂਦੀ ਹੈ ਔਰ ਨਿਮੋਨੀਆ ਹੋਣ ਦੇ ਕਾਫ਼ੀ ਜ਼ਿਆਦਾ ਚਾਂਸਿਸ ਹੋ ਜਾਂਦੇ ਹਨ। ਸੋ ਇਹਨਾਂ ਸਾਰੀਆਂ ਤਕਲੀਫਾਂ ਤੋਂ ਬਚਿਆ ਜਾ ਸਕਦਾ ਹੈ ਜੇ ਅਸੀਂ ਟਾਈਮਲੀ ਚੈਸਟ ਦੀ ਸਰਜਰੀ ਕਰਕੇ ਜਿਹੜੀਆਂ ਟੁੱਟੀਆਂ ਪਸਲੀਆਂ ਨੇ ਉਹਨਾਂ ਨੂੰ ਪਲੇਟ ਕਰਕੇ ਅਸੀਂ ਜੋੜ ਦਈਏ। ਪਸਲੀਆਂ ਦੇ ਵਿਚਕਾਰੋਂ ਇੱਕ ਪਤਲਾ ਦੂਰਬੀਨ ਕੈਮਰਾ ਛਾਤੀ ਦੇ ਵਿੱਚ ਪਾ ਕੇ ਦੇਖੀਦਾ ਹੈ ਕਿ ਅੰਦਰੂਨੀ ਤੌਰ 'ਤੇ ਫੇਫੜੇ ਤੋਂ ਇਲਾਵਾ ਹੋਰ ਕੋਈ ਅੰਦਰੂਨੀ ਸੱਟ ਨਹੀਂ ਹੈ। ਯੂਜਲੀ ਇਹ ਓਪਰੇਸ਼ਨ ਜ਼ਿਆਦਾ ਸਮੇਂ ਨਹੀਂ ਲੈਂਦਾ, ਲਗਭਗ 1 ਤੋਂ 2 ਘੰਟੇ ਦਾ ਓਪਰੇਸ਼ਨ ਹੁੰਦਾ ਹੈ। ਪੇਸ਼ੈਂਟ ਦੀ ਰਿਕਵਰੀ ਜ਼ਿਆਦਾ ਫਾਸਟ ਹੁੰਦੀ ਹੈ, ਛੇਤੀ ਤੋਂ ਛੇਤੀ ਉਹਨੂੰ ਹੋਸਪਿਟਲ ਤੋਂ ਡਿਸਚਾਰਜ ਮਿਲ ਜਾਂਦਾ ਹੈ। ਕਿ ਜਿਹੜੇ ਮਰੀਜ਼ਾਂ ਨਾਲ ਅਸੀਂ ਓਪਰੇਸ਼ਨ ਕਰਕੇ ਪਸਲੀਆਂ ਨੂੰ ਫਿਕਸ ਕੀਤਾ ਹੈ, ਉਹ ਮਰੀਜ਼ 5 ਤੋਂ 6 ਦਿਨ ਦੇ ਵਿੱਚ ਹੋਸਪਿਟਲ ਤੋਂ ਡਿਸਚਾਰਜ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਵਿਦਿਨ ਇੱਕ ਹਫ਼ਤਾ ਉਹ ਆਪਣੇ ਰੋਜ਼ਮਰਾ ਜ਼ਿੰਦਗੀ ਦੇ ਸਾਰੇ ਕੰਮ ਕਰਨ ਲੱਗ ਪੈਂਦੇ ਹਨ। ਔਰ ਮੈਕਸੀਮਮ ਟੂ ਮੈਕਸੀਮਮ 3 ਹਫ਼ਤੇ ਦੇ ਵਿੱਚ ਅਸੀਂ ਉਹਨਾਂ ਮਰੀਜ਼ਾਂ ਨੂੰ ਦੇਖਿਆ ਹੈ ਕਿ ਉਹ ਆਪਣੇ ਨੋਰਮਲ ਕੰਮਾਂ 'ਤੇ ਜਾਣ ਲਾਇਕ ਹੋ ਗਏ। ਹਰ ਹੱਡੀ ਜੁੜਦੀ ਨਹੀਂ ਹੈ, ਜਦੋਂ ਹੱਡੀਆਂ ਅੱਡ ਅੱਡ ਹੋ ਕੇ ਪਈਆਂ ਹੁੰਦੀਆਂ ਨੇ ਅਤੇ ਉਹਨਾਂ ਦੇ ਵਿੱਚ ਜੋੜ ਨਹੀਂ ਬਣ ਪਾਉਂਦਾ। ਜੇ ਜੁੜ ਵੀ ਜਾਂਦੀ ਹੈ ਤਾਂ ਟੇਢੇ ਮੇਢੇ ਜੋੜ ਹੋਣ ਕਾਰਨ ਉਹਨਾਂ ਵਿੱਚ ਦਰਦ ਲੰਬੇ ਸਮੇਂ ਤੱਕ ਰਹਿੰਦਾ ਹੈ ਔਰ ਮਰੀਜ਼ ਵਾਰ ਵਾਰ ਓਪੀਡੀ ਦੇ ਵਿੱਚ ਆ ਕੇ ਆਪਣੀ ਤਕਲੀਫ ਦਰਸਾਉਂਦਾ ਰਹਿੰਦਾ ਹੈ ਕਿ ਉਹਨੂੰ ਛਾਤੀ ਦੇ ਵਿੱਚ ਦਰਦ ਰਹਿੰਦੀ ਹੈ। ਸੋ ਇਹ ਸਾਰੀ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਟੈਕਨੀਕ ਨੂੰ ਡਿਵੈਲਪ ਕੀਤਾ ਗਿਆ ਕਿ ਛਾਤੀ ਦੀ ਪਸਲੀਆਂ ਨੂੰ ਵੀ ਜੋੜਿਆ ਜਾਵੇ ਔਰ ਇਹਨਾਂ ਨੂੰ ਫਿਕਸ ਕਰਕੇ ਪੇਸ਼ੈਂਟ ਦੀ ਕੁਆਲਿਟੀ ਆਫ ਲਾਈਫ ਨੂੰ ਬਿਹਤਰ ਕੀਤਾ ਜਾਵੇ। ਅਸੀਂ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ 100 ਤੋਂ ਵੱਧ ਮਰੀਜ਼ਾਂ ਦਾ ਇਹ ਓਪਰੇਸ਼ਨ ਕਰ ਚੁੱਕੇ ਹਾਂ ਸਕਸੈਸਫੁਲੀ।